ਅਸਲਾਮ ਅਲੈਕਮ ਦੋਸਤੋ, ਅੱਜ ਜਨਾਬ ਤੁਹਾਨੂੰ ਬੜੀ ਮਸ਼ਹੂਰ ਤੇ ਬੜੀ ਵੱਡੀ ਕੰਪਨੀ ਕੋਲ ਇਸ ਤਰਫ ਲੈ ਕੇ ਆਇਆ ਤੁਹਾਨੂੰ। ਅੱਜ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹਦਾ ਨਾਂ ਦੱਸਣਾ, ਇਹਦਾ ਜਨਾਬ ਨਾਂ ਹੈ ਜੀ ਨਿਊ ਮਹਿਰ ਬ੍ਰਦਰ ਗੁੱਡ ਟ੍ਰਾਂਸਪੋਰਟ ਕੰਪਨੀ, ਜਿਹੜੀ ਗੁਰਦਾਸਪੁਰ ਸੋਹਬਤੀਆਂ ਦੇ ਵਿੱਚ ਬਹੁਤ ਇਹਦਾ ਨਾਂ ਹੈ, ਬਹੁਤ ਇਹਦੀ ਮਸ਼ਹੂਰੀ ਹੈ ਪੂਰੇ ਪਾਕਿਸਤਾਨ ਦੇ ਵਿੱਚ। ਅਗਰ ਤੁਹਾਨੂੰ ਕਿਸੇ ਕਿਸਮ ਦੀ ਵੀ ਗੱਡੀ ਚਾਹੀਦੀ ਹੈ, ਵੱਡੀ ਗੱਡੀ ਜਾਂ ਛੋਟੀ ਗੱਡੀ ਜਾਂ ਪਬਲਿਕ ਗੱਡੀ, ਤੁਹਾਨੂੰ ਹਰ ਕਿਸਮ ਦੀ ਗੱਡੀ ਇਹ ਕੰਪਨੀ ਪ੍ਰੋਵਾਈਡ ਕਰੇਗੀ ਔਰ ਮੁਕੰਮਲ ਹਿਫਾਜ਼ਤ ਦੇ ਨਾਲ, ਮੁਕੰਮਲ ਤੌਰ ਤਰੀਕੇ ਨਾਲ ਤੁਹਾਨੂੰ ਤੁਹਾਡਾ ਸਮਾਨ ਪਹੁੰਚਾਇਆ ਜਾਏਗਾ। ਤੇ ਜੇਕਰ ਤੁਸੀਂ ਕਹਿਣਾ ਚੁੱਕ ਕੇ ਲਿਆਉਣਾ, ਉੱਥੋਂ ਵੀ ਲੈ ਕੇ ਆਵੇਗੀ ਤੇ ਪਹੁੰਚਾਈ ਵੀ ਜਾਏਗੀ, ਪੂਰੀ ਇਹਨਾਂ ਪੂਰੀ ਇਹਨਾਂ ਦੀ ਗਰੰਟੀ ਹੋਵੇਗੀ ਪੂਰੀ ਜ਼ਿੰਮੇਦਾਰੀ ਨਾਲ। ਤੇ ਸਕਰੀਨ 'ਚ ਇਹਨਾਂ ਦਾ ਨੰਬਰ ਵੀ ਚੱਲ ਰਿਹਾ, ਅਗਰ ਕੋਈ ਭਰਾ ਇਹਨਾਂ ਨਾਲ ਰਾਬਤਾ ਕਰਨਾ ਚਾਹੁੰਦਾ ਤੇ ਨੰਬਰ 'ਤੇ ਵੀ ਕਰ ਸਕਦਾ, ਜੇ ਨਹੀਂ ਰਾਬਤਾ ਕਰਨਾ ਚਾਹੁੰਦਾ ਤੇ ਇਹਨਾਂ ਦੀ ਲੋਕੇਸ਼ਨ ਵੀ ਇਹਨਾਂ ਕੋਲ ਪੁੱਛ ਲੈਂਦੇ ਹਾਂ ਤੇ ਕਿੰਨਿਆਂ ਬੰਦਿਆਂ ਮਿਲ ਕੇ ਬਣਾਈਏ, ਇਹ ਵੀ ਇਹਨਾਂ ਕੋਲ ਤਮਾਮ ਗੱਲਾਂ ਪੁੱਛ ਲੈਂਦੇ ਹਾਂ ਤੇ ਗੱਡੀ ਕਿਹੜੇ ਕਿਹੜੇ ਸਾਈਜ਼ ਦੀ, ਇਹ ਵੀ ਸਾਰੀਆਂ ਗੱਲਾਂ ਪੁੱਛਣੀਆਂ ਨੇ। ਉਸ ਤੋਂ ਬਾਅਦ ਪਬਲਿਕ ਟ੍ਰਾਂਸਪੋਰਟ ਵਾਸਤੇ ਜਿਹੜੀ ਜਿਹੜੀ ਗੱਡੀ ਇਹਨਾਂ ਕੋਲ ਮੌਜੂਦ ਹੈ ਤੇ ਕਿੱਥੇ ਕਿੱਥੇ ਉਹ ਜਾ ਸਕਦੀ, ਇਹ ਸਾਰੀਆਂ ਗੱਲਾਂ ਅੱਜ ਇਹਨਾਂ ਭਰਾਵਾਂ ਤੋਂ ਪੁੱਛਣੀਆਂ ਨੇ, ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ। ਸ਼ੇਅਰ ਕਰਨ ਦਾ ਮਕਸਦ ਇਹ ਹੈ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਇਸ ਕੰਪਨੀ ਦੇ ਬਾਰੇ 'ਚ ਸਾਰੀਆਂ ਗੱਲਾਂ ਦਾ ਪਤਾ ਚੱਲ ਜਾਏ। ਸਭ ਤੋਂ ਪਹਿਲੇ ਇਹਨਾਂ ਭਾਈਆਂ ਕੋਲ ਲੈ ਕੇ ਜਾਂਦੇ, ਸਭ ਤੋਂ ਪਹਿਲੇ ਇਹਨਾਂ ਦਾ ਨਾਂ ਪੁੱਛਣਾ। ਅਸਲਾਮ ਅਲੈਕੁਮ ਜੀ, ਸਭ ਤੋਂ ਪਹਿਲੇ ਸਾਡੇ ਵੀਵਰ ਨੂੰ ਦੱਸੋ ਜੀ ਆਪਣਾ ਨਾਂ। ਮੇਰਾ ਨਾਮ ਮਹਿਰ ਕੈਸਰ ਸ਼ਿਵਾਲ ਜੀ। ਇਹ ਜਨਾਬ ਇਸ ਕੰਪਨੀ ਦੀ ਲੋਕੇਸ਼ਨ ਸਾਨੂੰ ਦੱਸ ਸਕਦੇ ਕਿਹੜੀ ਜਗ੍ਹਾ ਤੇ ਮੌਜੂਦ ਹੈ? ਦੱਸੋ ਜਲਾਲਪੁਰ ਸੋਹਬੀਆਂ ਗਵਰਨਮੈਂਟ ਗੌਰਮੈਂਟ ਹਾਈ ਸਕੂਲ ਦੇ ਬਿਲਕੁਲ ਸਾਹਮਣੇ, ਜਿੱਥੇ ਵਾਪਟਾ ਦਫ਼ਤਰ ਹੁੰਦਾ ਸੀ ਪੁਰਾਣਾ। ਲਓ ਜੀ ਇਹਨਾਂ ਲੋਕੇਸ਼ਨ ਦੱਸਤੀ, ਨਾਲ ਇਹ ਕਾਸ਼ਵ ਭਾਈ ਕੋਲ ਆਉਂਦਾ। ਕਾਸ਼ਵ ਭਾਈ ਤੁਸੀਂ ਦੱਸੋ, ਇਹ ਕਿੰਨੇ ਭਰਾ ਜਿਹੜੇ ਨੇ ਇਹਨਾਂ ਦੇ ਨਾਂ ਦੱਸ ਦਿਓ, ਕਿਹਨਾਂ ਕਿਹਨਾਂ ਨੇ ਮਿਲ ਕੇ ਕੰਪਨੀ ਬਣਾਈ? ਅਸੀਂ ਜਨਾਬ ਚਾਰ ਭਾਈਆਂ। ਅੱਛਾ, ਨਾਂ ਇਹਨਾਂ ਦੇ ਦੱਸ ਦਿਓ। ਮਹਿਰ ਕੈਸਰ ਸ਼ਿਦਾਰ ਜੀ, ਠੀਕ ਹੋ ਗਿਆ। ਇੱਕ ਜਨਾਬ ਮੀਆਂ ਕਦੀਮ ਹੈ, ਠੀਕ ਹੋ ਗਿਆ। ਇੱਕ ਜਨਾਬ ਮੇਰੀ ਮਹਿਰ ਜ਼ਫਰ ਹੈ, ਠੀਕ ਹੋ ਗਿਆ। ਇੱਕ ਜਨਾਬ ਕਾਸ਼ਿਵ ਭਾਈ, ਕਾਸ਼ਿਵ ਭੱਟ, ਬਿਲਕੁਲ ਜੀ। ਲਓ ਜੀ ਚਾਰ ਭਰਾਵਾਂ ਰਲ ਕੇ ਕੰਪਨੀ ਬਣਾਈ ਤੇ ਮੀਆਂ ਕਦੀਮ ਸਾਹਿਬ ਕੋਲ ਲੈ ਕੇ ਚੱਲਦੇ ਆ। ਇਹਨਾਂ ਨੂੰ ਉੱਤੇ ਸਵਾਲ ਇਹ ਕਰਨਾ ਹੈ ਕਿ ਇਹ ਗੱਡੀ ਦਾ ਸਾਈਜ਼ ਤੁਹਾਨੂੰ ਸਾਨੂੰ ਦੱਸ ਸਕਣ ਤੇ ਕਿਹੜੀ ਕਿਹੜੀ ਗੱਡੀ ਇਹਨਾਂ ਤੋਂ ਮੌਜੂਦ ਹੈ ਜਿਹੜੀ ਨਾਲ ਤੁਹਾਨੂੰ ਪ੍ਰੋਵਾਈਡ ਕੀਤੀ ਜਾਏ। ਮੀਆਂ ਜੀ ਦੱਸੋ। 14, 14, 16, 18, 20, 22, 24 ਫੁੱਟ ਤੱਕ ਮਜ਼ਦਾ ਜਿਹੜਾ ਨਾ ਪ੍ਰੋਵਾਈਡ। ਦੇਖੋ ਜੀ ਬੜੀਆਂ ਜ਼ਬਰਦਸਤ ਗੱਡੀਆਂ ਤੇ ਸਾਈਜ਼ਿੰਗ ਦੇ ਹਵਾਲੇ ਨਾਲ ਵੀ ਬੜੀਆਂ ਜ਼ਬਰਦਸਤ ਗੱਡੀਆਂ, ਨਵੀਆਂ ਇੰਨਾ ਸਾਰੀਆਂ ਬਿਲਕੁਲ ਨਵੀਆਂ ਗੱਡੀਆਂ, ਕਾਫੀ ਜ਼ਿਆਦਾ ਇਹਨਾਂ ਕੋਲ ਗੱਡੀਆਂ ਨੇ। ਤੁਹਾਨੂੰ ਸਕਰੀਨ 'ਤੇ ਸ਼ੋਅ ਹੋ ਰਹੀਆਂ ਹੁੰਦੀਆਂ ਗੱਡੀਆਂ, ਕਿਉਂਕਿ ਮੈਂ ਸਾਰੀਆਂ ਇਹਨਾਂ ਦੀ ਵੀਡੀਓ ਬਣਾ ਚੁੱਕਾ, ਸਾਰੀਆਂ ਗੱਡੀਆਂ ਇਹਨਾਂ ਦੀਆਂ ਨੇ। ਇਹਨਾਂ ਤੁਸੀਂ ਜਿੱਥੇ ਕਹਿਣਾ ਤੁਹਾਨੂੰ ਇਹ ਲੈ ਕੇ ਜਾਣ। ਅਗਰ ਜਨਾਬ ਮਹਿਰ ਸਾਹਿਬ ਅਗਰ ਕੋਈ ਗੱਡੀ ਰਾਹ ਵਿੱਚ ਅਗਰ ਖਰਾਬ ਹੋ ਜਾਂਦੀ ਹੈ, ਕਿਸੇ ਕਸਟਮਰ ਦਾ ਸਮਾਨ ਲੱਦਿਆ ਹੁੰਦਾ ਰਾਹ ਵਿੱਚ ਖਰਾਬ ਹੋ ਜਾਂਦੀ, ਉਹਦਾ ਕੀ ਹਾਲ ਕਰਕੇ ਦਿਓਗੇ? ਸਾਡੀ ਜ਼ਿੰਮੇਵਾਰੀ। ਅੱਛਾ, ਤੁਹਾਨੂੰ ਬਹੁਤ ਹਾਲ ਪਹੁੰਚਾਉਣਾ ਹੈ, ਠੀਕ ਹੈ। ਉਹ ਅਸੀਂ ਇਹਨੂੰ ਇਸ ਤਰ੍ਹਾਂ ਵੀ ਪ੍ਰੋਵਾਈਡ ਕਰੀਏ, ਬੰਦੇ ਨੂੰ ਗੱਡੀ ਦੇਈਏ ਜਾਂ ਮਤਲਬ ਉਹਦਾ ਮਕੈਨੀਕਲ ਮਸਲਾ ਬਣਿਆ, ਉਹਦੀ ਜ਼ਿੰਮੇਵਾਰੀ ਤੁਹਾਡੀ ਹੈ, ਠੀਕ ਹੈ। ਅਸੀਂ ਕਰਵਾ ਕੇ ਉਹਨਾਂ ਦਾ ਮਾਲ ਜਿਹੜਾ ਮੰਦਰ ਤੇ ਹੈ ਹੋਈ ਹੈ ਤੇ ਬਿਲਕੁਲ ਆਪਣੀ ਜ਼ਿੰਮੇਵਾਰੀ। ਲਓ ਜੀ ਅਗਰ ਗੱਡੀ ਕਿਸੇ ਦੇ ਰਾਹ ਖਰਾਬ ਹੋ ਜਾਂਦੀ, ਪਹਿਲੇ ਗੱਲ ਹੈ ਗੱਡੀਆਂ ਬੜੀਆਂ ਨਵੀਆਂ ਤੇ ਫਰੈਸ਼ ਗੱਡੀਆਂ ਤੁਹਾਨੂੰ ਸਕਰੀਨ 'ਚ ਨਜ਼ਰ ਆ ਰਹੀਆਂ ਹੁੰਦੀਆਂ। ਅਗਰ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਹੈ ਰਾਹ ਵਿੱਚ, ਇਹ ਗੱਡੀ ਉਹਦੀ ਜਗ੍ਹਾ ਦੂਸਰੀ ਭੇਜ ਦਿੰਦੇ ਤਾਂ ਕਿ ਬੰਦੇ ਦਾ ਸਮਾਨ ਖੱਜਲ ਖਰਾਬ ਨਾ ਹੋਵੇ, ਪੂਰੀ ਮੰਜ਼ਿਲ ਤੱਕ ਪਹੁੰਚਾਇਆ ਜਾ ਸਕੇ। ਤੇ ਕਾਸ਼ਿਵ ਭਾਈ ਕੋਲੇ ਹੋਰ ਸਵਾਲ ਪੁੱਛਣਾ, ਕਾਸ਼ਿਵ ਭਾਈ ਤੁਸੀਂ ਸਾਡੇ ਵੀਵਰ ਨੂੰ ਦੱਸੋ ਜਨਾਬ ਕਿ ਕਿਰਾਏ ਦੇ ਹਵਾਲੇ ਨਾਲ ਮੁਨਾਸਬ ਜਾਇਜ਼ ਕੀ ਕੋਈ ਕਿਰਾਇਆ ਸਿਸਟਮ ਕਰ ਰਹੇ ਹੋ ਤੁਸੀਂ? ਦੇਖੋ ਜੀ ਕਿਰਾਇਆ ਵੀ ਇਹਨਾਂ ਕੋਲ ਬਿਲਕੁਲ ਮੁਨਾਸਬ ਹੈ। ਤੇ ਮੀਆਂ ਜੀ ਕੋਈ ਆਫਰ ਵਗੈਰਾ ਵੀ ਦੇ ਰਹੇ ਹੋ ਜਾਂ ਇਹ ਨਵਾਂ ਨਵਾਂ ਕੰਮ ਸਟਾਰਟਿੰਗ ਕਰ ਰਹੇ ਹੋ? ਜਲਾਲਪੁਰ ਸੋਹਬਤੀਆਂ ਤੋਂ ਇਲਾਵਾ ਜਿਤਨੇ ਵੀ ਤੁਸੀਂ ਜਿਤਨੇ ਪਿੰਡ ਦੇ ਇਲਾਕੇ ਨੇ ਜਿੱਥੇ ਤੁਸੀਂ ਕਹੋਗੇ ਗੱਡੀ ਲੈ ਕੇ ਜਾਣ, ਉਸ ਤੋਂ ਬਾਅਦ ਪਬਲਿਕ ਟ੍ਰਾਂਸਪੋਰਟ ਨਾਲ ਅਸੀਂ ਲੈ ਕੇ ਆਉਂਦੇ ਹਾਂ ਜੀ। ਪਬਲਿਕ ਟ੍ਰਾਂਸਪੋਰਟ ਤੇ ਕਿਹੜੀ ਕਿਹੜੀ ਗੱਡੀ ਤੁਹਾਡੇ ਕੋਲ? ਕਾਰ ਬੱਕਸੇ ਵਗੈਰਾ ਦੱਸਿਆ ਜੀ ਤੁਹਾਡੇ ਕੋਲ? ਸਰ ਜੀ ਬਕਸਾ, ਅੱਛਾ, ਔਰ ਆਈਆ ਸਰ, ਠੀਕ ਹੋ ਗਿਆ। ਸ਼ਾਦੀ ਵਿਆਹ ਵਾਸਤੇ ਸਾਰਾ ਇੰਤਜ਼ਾਮ, ਠੀਕ ਹੋ ਗਿਆ। ਸਾਡੇ ਕੋਲ ਹਰ ਸਹੂਲਤ ਜਿਹੜੀ ਮੌਜੂਦ ਹੈ। ਲੋ ਜਨਾਬ ਦੀ ਕੋਈ ਚਾਹੇ ਬੰਦਾ ਚਾਹੇ ਉਹ ਜਿਹੜਾ ਸਹੂਲਤ ਹੈ ਉਸ ਨੂੰ ਮਿਲੇ।
ਲੋ ਜਨਾਬ ਇਹਨਾਂ ਕੋਲ ਨਾ ਟਰੱਕਾਂ ਤੋਂ ਇਲਾਵਾ ਕਾਰ ਬਕਸਾ ਆਈ ਐਸ ਕਾਫੀ ਜਿਹੜਾ ਨਾ ਜਿਹਨਾਂ ਨੇ ਸ਼ਾਦੀ ਵਿਆਹ ਦਾ ਵੀ ਮੁਕੰਮਲ ਫੰਕਸ਼ਨ ਕਰਦੇ ਨੇ ਇਹਨਾਂ ਕੋਲ ਸਾਰੀਆਂ ਗੱਡੀਆਂ ਮੌਜੂਦ ਨੇ ਤੇ ਲੈ ਚੱਲਨੇ ਭਾਈ ਇਹਨਾਂ ਕੋਲ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੇ ਜਨਾਬ ਘੁੰਮਾ ਸਕਦੇ ਹੋ ਆਮ ਪਬਲਿਕ ਨੂੰ ਕਿਹੜੀ ਕਿਹੜੀ ਜਗ੍ਹਾ ਤੇ ਘੁੰਮਣ ਫਿਰਨ ਵਾਸਤੇ ਘੁੰਮਾ ਸਕਦੇ ਆ ਦੱਸਿਆ ਜੀ ਜਨਾਬ ਨਿਹਰਾਨ ਕਮਾਲ ਲੈ ਕੇ ਜਾਣ ਦੇ ਠੀਕ ਹੋ ਗਿਆ ਉਸ ਤੋਂ ਬਾਅਦ ਦੇਖੋ ਜੀ ਇਹਨਾਂ ਨੇ ਕਾਫੀ ਜਗ੍ਹਾ ਜੋ ਤੁਹਾਨੂੰ ਘੁਮਾਣੀਆਂ ਪੁਰਾਣੀਆਂ ਨੇ ਤੇ ਇਹਨਾਂ ਵਿੱਚ ਜਿਹੜਾ ਨਾ ਟੂਰਿਸਟ ਵੀ ਬੰਦੇ ਜਾ ਸਕਦੇ ਨੇ ਵੈਸੇ ਸਮਾਨ ਲੋਡ ਕਰਕੇ ਵੀ ਜਾ ਸਕਦੇ ਨੇ ਤੇ ਜੇ ਅਗਰ ਜਨਾਬ ਮੈਂ ਨਾ ਟੂਰਿਸਟ ਦੱਸ ਸਕਦਾ ਤੁਹਾਨੂੰ ਅਗਰ ਤੁਸੀਂ ਕਿਰਾਇਆ ਫੀਸ ਮੁੱਕਣਾ ਚਾਹੁੰਦੇ ਹੋ ਉਹ ਵੀ ਜੇ ਅਗਰ ਤੁਹਾਡਾ ਤੇਲ ਹੋਵੇ ਤੇ ਇਹਨਾਂ ਨੂੰ ਦਿਹਾੜੀ ਦੇਣੀ ਉਹ ਵੀ ਜਿਹੜਾ ਨਾ ਕੰਪਰੋਮਾਈਜ਼ ਕਰਨ ਨੂੰ ਤਿਆਰ ਨੇ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹੋਗੇ ਇਸ ਤਰ੍ਹਾਂ ਤੇ ਹੋਰ ਜਨਾਬ ਕੀ ਕਹਿਣਾ ਚਾਹੋਗੇ ਸਾਡੇ ਪਬਲਿਕ ਨੂੰ ਅਸੀਂ ਸਰ ਕਹਿੰਦੇ ਸਾਡੇ ਕੋਲ ਤਕਰੀਬਨ ਜਿਹੀਆਂ ਗੱਡੀਆਂ ਨੇ ਠੀਕ ਹੈ ਮੋਟਰ ਤੋਂ ਲਾ ਕੇ ਪਬਲਿਕ ਹੋ ਗਿਆ ਸਾਰੀਆਂ ਗੱਡੀਆਂ ਬਿਲਕੁਲ 0 ਮੀਟਰ ਨੇ 0 ਮੀਟਰ ਨੇ ਕੋਈ ਮਸਲੇ ਕਰ ਜਾ ਨਹੀਂ ਜੇ ਨਜ਼ਰ ਆ ਰਹੀਆਂ ਨੇ ਇਧਰ ਕੋਈ ਚਾਹੇ ਉਧਰ ਸਾਨੂੰ ਲੈ ਕੇ ਜਾ ਸਕਦਾ ਕੋਈ ਟੈਨਸ਼ਨ ਨਹੀਂ ਆ ਕਰਤਾ ਨਹੀਂ ਜਿਹੜੀ ਜਗ੍ਹਾ ਤੇ ਕਹੋਗੇ ਅਸੀਂ ਜਾਣ ਨੂੰ ਤਿਆਰ ਆ ਉਹ 에어ਪੋਰਟ ਤੇ ਕਰਨੀ ਹੈ ਬਿਲਕੁਲ ਸ਼ਾਦੀ ਵਿਆਹ ਤੇ ਕਰਨੀ ਹੈ ਸਾਰੇ ਤੋਂ ਲੱਗ ਜੋ ਟੋਟਲ ਸਹੂਲਤ ਦਿੱਤੀ ਜਾਏਗੀ ਨਾਲ ਬਿਲਕੁਲ ਆਪਾਂ ਕੋਈ ਸਾਡੇ ਕੋਲ ਜੀਆ ਹੋਵੇਗਾ ਉਹਨੂੰ ਸਹੂਲਤ ਮੁਕੰਮਲ ਦਿੱਤੀ ਜਾਏਗੀ ਹਰ ਤਰ੍ਹਾਂ ਦੀ ਹਰ ਤਰ੍ਹਾਂ ਰਿਆਤ ਵੀ ਹੋਵੇਗਾ ਟੈਨਸ਼ਨ ਵੀ ਫ੍ਰੀ ਹੋਵੇਗਾ ਬਿਲਕੁਲ ਬਿਲਕੁਲ ਲੋ ਜਨਾਬ ਤੁਸੀਂ ਅਗਰ ਸਮਾਨ ਇਹਨਾਂ ਦਾ ਲੋਡ ਕਰਨਾ ਹੈ ਨਾ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਉਂਕਿ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਇਹਨਾਂ ਮੁਕੰਮਲ ਘਰ ਤੱਕ ਸਮਾਨ ਪਹੁੰਚਾਉਣਾ ਤੁਹਾਡਾ ਤੁਹਾਡੀ ਜ਼ਿੰਮੇਵਾਰੀ ਨਹੀਂ ਤੁਸੀਂ ਬਸ ਇਹਨਾਂ ਨੂੰ ਆਰਡਰ ਦੇਣਾ ਤੇ ਪੈਸੇ ਦੇਣੇ ਨੇ ਉਹ ਵੀ ਪੈਸੇ ਸਮਾਨ ਪਹੁੰਚਾ ਕੇ ਠੀਕ ਹੈ ਬਿਲਕੁਲ ਬਾਫਾਦਰ ਤਰੀਕੇ ਨਾਲ ਸਮਾਨ ਪਹੁੰਚਾਇਆ ਜਾਏਗਾ ਜਿੰਨਾ ਵੀ ਤੁਹਾਡਾ ਹੈ ਤੇ ਟੂਰਿਸਟ ਦੇ ਬਾਰੇ ਵੀ ਤੁਹਾਨੂੰ ਦੱਸ ਜਿਹੜਾ ਵੀ ਘੁੰਮਣ ਫਿਰਨ ਅਗਰ ਕਿਤੇ ਜਾਣਾ ਹੋਵੇ ਤਾਂ ਉਹ ਵੀ ਜਿਹੜਾ ਸਰਵਿਸ ਦੇ ਰਹੇ ਨੇ ਸਾਰੀ ਤੇ ਇਨਸ਼ਾਲਾ ਉਮੀਦ ਕਰਨਾ ਕਿ ਤੁਹਾਨੂੰ ਸਾਡੀਆਂ ਗੱਲਾਂ ਬੜੀਆਂ ਪਸੰਦ ਆਈਆਂ ਹੁੰਦੀਆਂ ਤੇ ਜੀ ਜਨਾਬ ਹੋਰ ਕੀ ਕਹੋਗੇ ਮੈਂ ਤੁਹਾਡਾ ਜਿੰਨਾ ਸਟਾਫ ਹੈ ਪਬਲਿਕ ਸਰਵਿਸ ਰੋਡਰ ਗੱਡੀਆਂ ਸਾਰਾ ਤਜਰਬਾ ਕਰ ਹੈ ਬਿਲਕੁਲ ਕੋਈ ਕਿਸੇ ਕਿਸਮ ਦੀ ਕੋਈ ਟੈਨਸ਼ਨ ਪਰੇਸ਼ਾਨੀ ਨਹੀਂ ਹੈ ਬਿਲਕੁਲ ਸ਼ੁਕਰ ਸਾਰੇ ਲਫਨ ਸੀਦਾ ਨੇ ਗੱਡੀਆਂ ਦੇ ਕਾਗਜ਼ਾਤ ਕਲੀਅਰ ਬਿਲਕੁਲ ਓਕੇ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੈ ਬਿਲਕੁਲ ਲੋ ਜੀ ਮੈਂ ਬੜੀ ਚੰਗੀ ਗੱਲ ਕੀਤੀ ਇਹ ਵੀ ਤੁਹਾਨੂੰ ਦੱਸਦਾ ਕਿ ਹਰ ਚੀਜ਼ ਮੁਕੰਮਲ ਹੈ ਇਸ ਤਰ੍ਹਾਂ ਦੀ ਕੰਪਨੀ ਖੁੱਲੇ ਇਹ ਪੂਰੀ ਜਿਹੜਾ ਨਾ ਲਾਇਸੈਂਸ ਬਣਾ ਕੇ ਮੁਕੰਮਲ ਡਰਾਈਵਰ ਨਾਲ ਚੰਗੇ ਤੋਂ ਚੰਗਾ ਡਰਾਈਵਰ ਇਹਨਾਂ ਦੇ ਕੋਲ ਹੈ ਠੀਕ ਹੈ ਤਜਰਬੇਕਾਰ ਜਿਹੜਾ ਨਾ ਇਹਨਾਂ ਨੇ ਪੂਰੀ ਕੰਪਨੀ ਜੇ ਬਣਾਈ ਹੈ ਤੇ ਪੂਰੇ ਬੰਦੋਬਸਤ ਤਰੀਕੇ ਨਾਲ ਬਣਾਈ ਠੀਕ ਹੈ ਤੇ ਇਨਸ਼ਾਅੱਲਾ ਮੈਂ ਉਮੀਦ ਕਰਾਂਗਾ ਕਿ ਤੁਸੀਂ ਇੱਥੇ ਆਵੋਗੇ ਇਹਨਾਂ ਨਾਲ ਤੁਸੀਂ ਰਾਬਤਾ ਕਰਨਾ ਸਾਰਾ ਤੇ ਤੁਸੀਂ ਇੱਥੇ ਆਉਣਾ ਇਹਨਾਂ ਦੇ ਨੰਬਰ ਵੀ ਲਿਖੇ ਆਪਾਂ ਸਾਰੀ ਸਕਰੀਨ ਤੇ ਚੱਲ ਰਿਹਾ ਤੁਸੀਂ ਡਾਕਟਰ ਸੋਪ ਦੀ ਆ ਜਾਣਾ ਗੌਰਮੈਂਟ ਸਕੂਲ ਦੇ ਸਾਹਮਣੇ ਜਿਹੜਾ ਨਾ ਬਾਪਟਾ ਦਾ ਪੁਰਾਣਾ ਦਫ਼ਤਰ ਹੈ ਉੱਥੇ ਜਿਹੜਾ ਨਾ ਇਹ ਨਿਊ ਮਹਿਰ ਬ੍ਰਦਰਸ ਗੁੱਡ ਟਰਾਂਸਪੋਰਟ ਕੰਪਨੀ ਦੇ ਨਾਂ ਦੀ ਖੁੱਲ੍ਹੀ ਬਿਲਡਿੰਗ 'ਚ ਇਹ ਮਸ਼ਹੂਰ ਹੈ ਦੁਕਾਨ ਇੱਥੇ ਤੁਸੀਂ ਆਉਣਾ ਇਹਨਾਂ ਨੂੰ ਸਾਰਾ ਆਰਡਰ ਤੁਸੀਂ ਬੁੱਕ ਕਰਾਉਣਾ ਬਾਕੀ ਜ਼ਿੰਮੇਦਾਰੀ ਇਹਨਾਂ ਦੀ
ਚਲੋ ਉਮੀਦ ਕਰਨਾ ਕਿ ਤੁਹਾਨੂੰ ਵੀਡੀਓ ਸਾਰੀ ਪਸੰਦ ਆਈ ਹੋਵੇਗੀ। ਜਿਹਨਾਂ ਜਿਹਨਾਂ ਵੀਡੀਓ ਪਸੰਦ ਆਈ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਘੰਟੀ ਦੇ ਆਈਕਨ ਨੂੰ ਪ੍ਰੈਸ ਕਰਨ ਤਾਂ ਕਿ ਇੰਝ ਦੀਆਂ ਨਵੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਬੜੀ ਆਸਾਨੀ ਨਾਲ ਆਉਂਦੀਆਂ ਰਹਿੰਦੀਆਂ। ਇਨਸ਼ਾਅੱਲਾ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਨਾਲ। ਉਸ ਵੇਲੇ ਤੱਕ ਅੱਲਾ ਹਾਫਿਜ਼।